ਜਿਹੜੀ ਮੋਡੀਫਿਕੇਸ਼ਨ ਕਰਨੀ ਆ ਬਾਈ ਇਹਦੇ ਆਪਾਂ ਬੈਕ ਸਾਈਡ 'ਤੇ ਲਾਉਣੀ ਆ ਫਾਈਬਰਹੁੱਡ, ਅਤੇ ਇੱਕ ਵਾਰ ਸਿੰਪਲ ਟਰੈਡ ਦੀ ਲੁੱਕ ਚੱਲਦੇ ਚੇਂਜ ਕਰਿਆ ਰਹਾ ਬਾਈ ਇੰਡੀਕੇਟਰ ਜਿਵੇਂ ਕਿ ਨਾ ਥੋੜ੍ਹੇ ਅਤੇ ਬਾਕੀ ਬਾਈ ਬੈਕ ਸਾਈਡ 'ਤੇ ਕੁਛ ਇੱਦਾਂ ਹੀ ਲੁੱਕ ਆ, ਅਤੇ ਆਹ ਕਰੋ ਚੱਕ ਤੁਸੀਂ ਚੰਗਾ, ਅਤੇ ਇੱਧਰੋਂ ਕੁਛ ਇੱਦਾਂ ਹੀ ਲੁੱਕ ਆ ਕਰੋ। ਅਤੇ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ, ਆਈ ਹੋਪ ਤੁਸੀਂ ਸਾਰੇ ਘੈਂਟ ਹੋ, ਵੈਲਕਮ ਬੈਕ ਟੂ ਅਨਦਰ ਵਲੋਗ। ਅਤੇ ਬਾਕੀ ਅੱਧਾ ਥੰਬਨੇਲ ਦੇਖ ਕੇ ਪਤਾ ਲੱਗ ਗਿਆ ਹੋਣਾ ਕਿ ਅੱਜ ਦੇ ਵਲੋਗ 'ਚ ਹੋਣਾ ਕੀ ਆ। ਅਤੇ ਬਈ ਅੱਜ ਆਪਣੇ ਕੋਲ ਟਰੈਕਟਰ ਪਹੁੰਚਿਆ ਸਵਰਾਜ 855 FE 5-star ਟਰੈਕਟਰ ਆ ਬਾਈ ਇਹ, ਅਤੇ 4-wheel ਡਰਾਈਵ ਦੇ ਵਿੱਚ ਆ। ਟਰੈਕਟਰ ਦੀ ਲੁੱਕ ਕਰੋ ਸਿੰਪਲ ਚੈੱਕ, ਕੁਛ ਇੱਦਾਂ ਦੀ ਆ। ਅਤੇ ਇਹਨੂੰ ਮੋਡੀਫਿਕੇਸ਼ਨ ਕਰਾਂਗੇ ਅੱਜ ਆਪਾਂ, ਜਿਹੜੀ ਮੋਡੀਫਿਕੇਸ਼ਨ ਕਰਨੀ ਆ ਬਾਈ ਇਹਦੇ ਆਪਾਂ ਬੈਕ ਸਾਈਡ 'ਤੇ ਲਾਉਣੀ ਆ ਫਾਈਬਰਹੁੱਡ। ਅਤੇ ਇੱਕ ਵਾਰ ਸਿੰਪਲ ਟਰੈਕਟਰ ਦੀ ਲੁੱਕ ਚੈੱਕ ਕਰ ਲਓ, ਕਿਉਂਕਿ ਜ਼ਿਆਦਾ ਤਾਂ ਮੋਡੀਫਿਕੇਸ਼ਨ ਹੋਣੀ ਆ, ਜਦ ਤੁਸੀਂ ਲੁੱਕ ਚੈੱਕ ਕਰਿਓ ਟਰੈਕਟਰ ਬਹੁਤ ਸੋਹਣੀ ਲੁੱਕ ਪ੍ਰੋਵਾਈਡ ਕਰੂਗਾ। ਬਾਕੀ ਬ੍ਰੈਂਡ ਨਿਊ ਟਰੈਕਟਰ ਆ ਜੰਮੀ, ਅਤੇ ਲੁੱਕ ਤੁਸੀਂ ਕਰੋ ਚੈੱਕ। ਅਤੇ ਬਾਕੀ ਜਿਹੜੇ ਇਹਦੇ ਬੈਕ ਸਾਈਡ 'ਤੇ ਫਾਈਬਰ ਲਾਉਣੀ ਆ, ਉਹ ਕਿਹੜਾ ਦੀ ਫਾਈਬਰ ਲਵਾਈ ਆ ਬਾਈ, ਉਹਨੇ ਕਿੱਦਾਂ ਦਾ ਹੁੱਡ ਲਵਾਇਆ, ਕਿੱਦਾਂ ਦਾ ਪੇਂਟ ਲੱਤਾ, ਅਤੇ ਕਿੱਦਾਂ ਦੀ ਡਿਜ਼ਾਇਨਿੰਗ ਲਵਾਈ ਆ, ਸਾਰਾ ਤੁਹਾਨੂੰ ਆਪਦੇ ਵਲੋਗ 'ਚ ਦੇਖਣ ਨੂੰ ਮਿਲੂਗਾ। ਅਤੇ ਬਾਕੀ ਜਿਹੜੇ ਵੀ ਨਵੇਂ ਨੇ ਚੈਨਲ ਨੂੰ, ਕਰ ਲਿਓ ਸਬਸਕ੍ਰਾਈਬ, ਤਾਂ ਬਾਈ 10,000 ਸਬਸਕ੍ਰਾਈਬਰ 'ਤੇ ਬਹੁਤ ਜ਼ਿਆਦਾ ਨੇੜੇ ਆ, ਤਾਂ ਸਬਸਕ੍ਰਾਈਬ ਕਰ ਦਿਓ। ਅਤੇ ਗੇਮ ਰੱਖਦੇ ਹਾਂ ਬਾਈ 200 ਲਾਈਕ ਦਾ, ਅਤੇ ਮੈਨੂੰ ਹੋਪ ਸਾਰੇ ਕੰਪਲੀਟ ਕਰਾ ਦੋਗੇ। ਅਤੇ ਬਾਕੀ ਲੁੱਕ ਚੈੱਕ ਕਰੋ ਟਰੈਕਟਰ ਦੀ, ਫਿਟਿੰਗ ਇਹਦੀ ਹੁਣ ਆਪਾਂ ਸਟਾਰਟ ਕਰਦੇ ਹਾਂ। ਅਤੇ ਜਿਵੇਂ ਕਿ ਬੈਕ ਸਾਈਡ 'ਤੇ ਸਭ ਤੋਂ ਪਹਿਲਾਂ ਤਾਂ ਜਿਹੜਾ ਵੀ ਇਹ ਦੰਦੇ ਨੇ ਇਹ ਸਵਰਾਜ ਵਾਲੇ ਖੋਲ ਦਿੰਦੇ ਹਾਂ, ਅਤੇ ਉਹ ਤੋਂ ਬਾਅਦ ਇਹਦੀ ਫਿਟਿੰਗ ਸਟਾਰਟ ਕਰਦੇ ਹਾਂ। ਅਤੇ ਲੁੱਕ ਚੈੱਕ ਕਰੋ ਬਾਕੀ ਟਰੈਕਟਰ ਦੀ ਹਜੇ, ਅਤੇ ਉੱਧਰੋਂ ਕੁਛ ਇੱਦਾਂ ਹੀ ਲੁੱਕ ਦਿੰਦਾ। ਅਤੇ ਬਾਈ ਆਹ ਕਰੋ ਫਾਈਨਲ ਲੁੱਕ ਚੈੱਕ ਟਰੈਕਟਰ ਦੀ, ਫਾਈਬਰਹੁੱਡ ਲਾਤੀ। ਜਿਵੇਂ ਕਿ ਤੁਸੀਂ ਪਹਿਲਾਂ ਵੀ ਟਰੈਕਟਰ ਦੇਖਿਆ ਅਤੇ ਹੁਣ ਵੀ ਦੇਖਿਆ, ਤਾਂ ਡਿਫਰੈਂਸ ਦੇਖ ਲਓ ਟਰੈਕਟਰ ਦਾ, ਥੋੜ੍ਹੀ ਜਿਹੀ ਮੋਡੀਫਿਕੇਸ਼ਨ ਆ। ਟਰੈਕਟਰ ਦੇਖੋ ਕਿੰਨਾ ਜ਼ਿਆਦਾ ਸੋਹਣਾ ਲੱਗਣ ਲੱਗ ਗਿਆ। ਅਤੇ ਬਾਕੀ ਤੁਹਾਨੂੰ ਚੈੱਕ ਕਰੋ ਲੁੱਕ ਕੁਛ ਇੱਦਾਂ ਹੀ ਨਿਕਲ ਕੇ ਆਈ ਆ ਬਾਈ ਇਹਦੀ। ਅਤੇ ਬਾਕੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸੋ ਤੁਹਾਨੂੰ ਬਈ ਫਾਈਬਰਹੁੱਡ ਦੀ ਲੁੱਕ ਕਿੱਦਾਂ ਲੱਗ ਰਹੀ ਆ। ਅਤੇ ਬਾਕੀ ਇਹ ਜਿਹੜੀ ਕਿ ਫਾਈਬਰਹੁੱਡ ਲਵਾਈ ਆ ਬਾਈ ਉਹਨਾਂ ਨੇ, ਇਹਦਾ ਕਰਾਇਆ ਕਰੀਮ ਰੰਗ ਬਾਈ, ਬਿਲਕੁਲ ਜਿਵੇਂ ਕਿ ਮਗਰਾਟਾਂ ਦੇ ਨਾਲ ਦਾ। ਅਤੇ ਜਿਹੜੀ ਫਾਈਬਰ ਲਈ ਆ ਉਹ ਲਈ ਆਪਾਂ ਨਿਊ ਹੋਲੈਂਡ ਟਾਈਪ, ਅਤੇ ਕਰੋ ਚੈੱਕ। ਅਤੇ ਬੈਕ ਸਾਈਡ ਕੁਛ ਇੱਦਾਂ ਹੀ ਲੁੱਕ ਆ ਇਹਦੀ। ਅਤੇ ਜਿਹੜਾ ਇਹਦੇ ਬਈ ਆਪਾਂ ਹੁੱਡ ਲਾਇਆ, ਜਿਹੜਾ ਹੁੱਡ ਲਾਇਆ, ਹੁੱਡ ਦਾ ਹੀ ਵਜ਼ਨ ਇਕੱਲਾ ਹੀ 35 ਕਿਲੋ ਪਲੱਸ ਹੁੱਡ ਦਾ ਵਜ਼ਨ ਆ। ਅਤੇ ਹੁੱਡਸ ਆਪਣੇ ਕੋਲ ਸਾਰੇ ਅਵੇਲੇਬਲ ਨੇ, ਫਾਈਬਰ ਹੁੱਡਸ ਵੀ ਸਾਰੀਆਂ ਅਵੇਲੇਬਲ ਨੇ ਆਪਣੇ ਕੋਲ। ਅਤੇ ਬਾਕੀ ਕਰੋ ਚੈੱਕ, ਜਿਹੜੀ ਕਿ ਇਹਦੇ ਵਿੱਚ ਇੰਸਟਾਲਮੈਂਟ ਕਰਾਈ ਆ ਬਾਈ ਉਹਨੇ, ਸੈਂਟਰ ਦੇ ਵਿੱਚ ਕਰਾਈ ਆ ਫੈਨ, ਅਤੇ ਫਰੰਟ ਦੇ ਵਿੱਚ ਕਰਾਈ ਆ ਬਾਰ ਲਾਈਟ, ਅਤੇ ਬੈਕ ਸਾਈਡ 2 LED ਲਾਈਟਾਂ ਨੇ। ਅਤੇ ਸਾਰੀਆਂ ਹੀ LED ਨੇ ਬਾਈ, ਫੁੱਲ ਗਰੰਟੀ ਦੇ ਵਿੱਚ ਨੇ, ਫੁੱਲ ਕੁਆਲਿਟੀ ਇਹਨਾਂ ਦੀ। ਆ ਕਰੋ ਚੈੱਕ ਤੁਸੀਂ ਬਾਕੀ। ਅਤੇ ਇੱਦਾਂ ਜਿਵੇਂ ਕਿ ਫਾਈਬਰਹੁੱਡ ਦੀ ਫੁੱਲ ਗਰੰਟੀ ਆ, ਫਾਈਬਰ ਖੜੀ ਖੜੀ ਭੁਰਜੇ ਜਾਂ ਇਹਦਾ ਰੰਗ ਲੈ ਜੇ ਤਾਂ ਬਈ ਪੀਸ ਤੁਹਾਨੂੰ ਚੇਂਜ ਕਰਕੇ ਦੇਵਾਂਗੇ। ਜੇ ਕਿਤੇ ਲੱਗ ਗਏ ਡਰਾਈਵਰ ਦੀ ਗਿਲ ਨਾ ਕਿਤੇ ਲੱਗਦੀ ਆ, ਤਾਂ ਬਈ ਉਹਦੀ ਕੋਈ ਗਰੰਟੀ ਨਹੀਂ ਹੈਗੀ। ਅਤੇ ਬਾਕੀ ਕਰੋ ਚੈੱਕ। ਅਤੇ ਬਾਕੀ ਬਈ ਉਦੋਂ ਕੁਛ ਇੱਦਾਂ ਹੀ ਲੁੱਕਾ ਟਰੈਕਟਰ ਦੀ। ਆਹ ਕਰੋ ਚੈੱਕ ਤੁਸੀਂ। ਅਤੇ ਬਾਕੀ ਬਈ ਫੈਨ ਇੱਦਾਂ ਦੀ ਲੁੱਕ ਪ੍ਰੋਵਾਈਡ ਕਰਾਉਂਦਾ ਕੁਛ, ਜਿਹੜਾ ਕਿ ਇਹਦਾ ਸਾਰਾ ਡਿਜ਼ਾਇਨ ਆ ਬਈ ਇਹ ਆਪਣਾ, ਕਿਸੇ ਦੀ ਕਾਪੀ ਨਹੀਂ ਹੈਗੀ। ਤੁਸੀਂ ਆਹ ਕਰੋ ਚੈੱਕ। ਅਤੇ ਆਰ ਏ ਡਬਲਯੂ ਰਹਿ ਲੱਗ ਰਹੀ ਵਰਕਸ ਦੀ ਬੈਚਿੰਗ ਆ ਬਾਈ, ਉਰੇ ਆਪਾਂ ਇੱਕ ਸੁੱਚ ਲਾਉਣ ਨੂੰ ਪ੍ਰੋਵਾਈਡ ਕਰਾਇਆ, ਜਿਵੇਂ ਕਿ ਸੁੱਚਾਂ ਲੱਗ ਜਾਣਗੀਆਂ ਸਾਰੇ ਘਾਸ ਦੀਆਂ, ਲਾਈਟਾਂ ਦੀਆਂ, ਬਾਰ ਲਾਈਟ ਦੀ, ਫੈਨ ਦੀ, ਉਰੀ ਲੱਗ ਜੂ, ਤਾਂ ਸਪੈਸ਼ਲ ਪੱਤੀ ਤਿਆਰ ਕਰਕੇ ਦਿੱਤੀ ਆ। ਅਤੇ ਬਾਕੀ ਆਹ ਕਰੋ ਚੈੱਕ ਬਾਈ, ਫਿਟਿੰਗ ਫੁੱਲ ਹੈਵੀ ਦੇ ਵਿੱਚ ਆ ਇਹਦੀ, ਇੱਦਾਂ ਨਹੀਂ ਹੈਗਾ ਬਾਈ ਜਿਵੇਂ ਤੁਸੀਂ ਫਾਈਬਰ ਅੱਡ 'ਚ ਲਵਾ ਕੇ ਲੱਗੇ ਕਿ ਗਏ ਹੋ ਤਾਂ ਫਾਈਬਰ ਧੜਕਦੀ ਆ ਜਾਂ ਕੁਛ ਹੋਰ ਦਿੱਕਤ ਆ ਇਹਦੇ ਵਿੱਚ। ਜੇ ਫਾਈਬਰ ਧੜਕਦੀ ਆ ਸਭ ਤੋਂ ਵੱਡਾ ਨੁਕਸਾਨ ਇਹ ਆ ਕਿ ਬਾਈ ਉਹ ਮਗਰਾਟ ਤੋੜ ਦਿੰਦੀ ਆ, ਤਾਂ ਉਹ ਚੀਜ਼ ਦਾ ਪਹਿਲਾਂ ਹੀ ਪੂਰਾ ਧਿਆਨ ਦਿੱਤਾ ਹੋਇਆ। ਫੁੱਲ ਹੈਵੀ ਦੇ ਵਿੱਚ ਕੰਮ ਆ, ਫੁੱਲ ਗਰੰਟੀ ਦੇ ਵਿੱਚ ਕੰਮ ਆ। ਅਤੇ ਬਾਕੀ ਕਰੋ ਚੈੱਕ।
ਤੇ ਬਾਕੀ ਬਾਈ ਆਪਾਂ ਸਾਰੀ ਮੋਡੀਫਿਕੇਸ਼ਨ ਕਰਦੇ ਹਾਂ। ਅਤੇ ਬਾਕੀ ਬਾਈ ਆਪਣੇ ਕੋਲ ਸਾਰੇ ਫਾਈਬਰ ਹੁੱਡਸ ਅਵੇਲੇਬਲ ਨੇ, ਸਾਰੀਆਂ ਫਾਈਬਰਸ ਅਵੇਲੇਬਲ ਨੇ, ਠੀਕ ਹੈ। ਜਿਹੜੀ ਜਿੱਦਾਂ ਦੀ ਤੁਸੀਂ ਲਵਾਉਣੀ ਚਾਹੁੰਦੇ ਹੋ ਤਾਂ ਆਪਣੇ ਕੋਲ ਸਾਰੀ ਅਵੇਲੇਬਲ ਆ। ਅਤੇ ਬਾਕੀ ਬਾਈ ਆਪਾਂ ਬੈਕ ਸਾਈਡ 'ਤੇ ਵੀ ਵੇਟ ਲਾਉਂਦੇ ਹਾਂ, ਜਿਵੇਂ ਕਿ 6-7 ਤਰ੍ਹਾਂ ਦੇ ਆਪਣੇ ਕੋਲ ਡਿਜ਼ਾਇਨਿੰਗ ਅਵੇਲੇਬਲ ਆ ਵੇਟਾਂ ਦੀ। ਤੁਸੀਂ ਜਾ ਕੇ ਯੂਟਿਊਬ 'ਤੇ ਚੈੱਕ ਕਰ ਸਕਦੇ ਹੋ, ਸਾਰੀਆਂ ਵੀਡੀਓਜ਼ ਤੁਹਾਨੂੰ ਮਿਲ ਜਾਣਗੀਆਂ ਯੂਟਿਊਬ 'ਤੇ, ਘੁੰਮਣ ਵਾਲੇ ਸਪਿਨਿੰਗ ਵੀਲਸ ਵੀ ਨੇ, ਫਿਕਸ ਵੇਟ ਵੀ ਨੇ। ਅਤੇ ਬਾਕੀ ਜਿਹੜੇ ਵੀਰ ਜੁੜੇ ਉਹਨਾਂ ਨੇ ਆਪਣੀ ਪਿਛਲੀ ਵੀਡੀਓ ਦੇਖੀ ਆ ਵੀ, ਉਹ ਆਈ ਆ ਸਵਰਾਜ 'ਤੇ, ਅਤੇ ਉਹ ਵੀ 5-star ਸੀ। ਉਹਦੇ ਵਿੱਚ ਫਰੰਟ ਵੇਟਾਂ ਦੀ ਮੋਡੀਫਿਕੇਸ਼ਨ ਕੀਤੀ ਸੀ ਅਤੇ ਬੈਕ ਸਾਈਡ ਲਾਈ ਸੀ ਫਾਈਬਰਵੁੱਡ, ਅਤੇ ਬੈਕ ਵੇਟ ਅਤੇ ਉਹਦੇ ਪਿੱਛੇ ਲਾਈ ਸੀ ਇੱਕ ਹੁੱਕ ਬਾਈ। ਅਤੇ ਉਹ ਵੀਰੇ ਜੀ ਨਹੀਂ ਦੇਖੀ ਤੁਸੀਂ ਜਾ ਕੇ ਚੈੱਕਆਊਟ ਕਰ ਸਕਦੇ ਹੋ ਵੀ ਵੇਟਾਂ ਨਾਲ ਲੁੱਕ ਸਵਰਾਜ ਟਰੈਕਟਰ ਦੀ ਕਿੱਦਾਂ ਦੀ ਨਿਕਲ ਕੇ ਆਉਂਦੀ ਆ। ਅਤੇ ਬਾਕੀ ਕਰੋ ਚੈੱਕ, ਅਤੇ ਬਾਕੀ ਬਾਈ ਬੈਕ ਸਾਈਡ 'ਤੇ ਕੁਛ ਇੱਦਾਂ ਹੀ ਲੁੱਕ ਆ, ਅਤੇ ਆ ਕਰੋ ਚੈੱਕ ਤੁਸੀਂ। ਅਤੇ ਇਹਦੀ ਫਿਟਿੰਗ ਤੁਹਾਨੂੰ ਚੈੱਕ ਕਰਨਾ ਵੀ, ਫਿਟਿੰਗ ਕੁਛ ਇੱਦਾਂ ਦੀ ਆ, ਪੂਰੀ ਪ੍ਰੋਪਰ ਫਿਟਿੰਗ ਆ ਇਹਦੀ। ਅਤੇ ਕਰੋ ਚੈੱਕ, ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਇੱਦਾਂ ਨਹੀਂ ਹੈਗਾ, ਫਾਈਬਰ ਧੜਕੂਗੀ, ਅਤੇ ਫੁੱਲ ਹੈਵੀ ਦੇ ਵਿੱਚ ਫਿਟਿੰਗ ਆ। ਅਤੇ ਇੱਧਰੋਂ ਕੁਛ ਇੱਦਾਂ ਹੀ ਲੁੱਕ ਆ, ਆ ਕਰੋ ਚੈੱਕ। ਅਤੇ ਬਾਕੀ ਬਾਈ ਇੱਧਰ ਆਪਣੇ ਕੋਲ ਇੱਕ ਮਹਿੰਦਰਾ ਯੋਗੋ ਵੀ ਪਹੁੰਚਿਆ ਆ, ਅਤੇ ਇਹਦੀ ਮੋਡੀਫਿਕੇਸ਼ਨ ਕਰਾਂਗੇ। ਇਹਦੇ ਫਰੰਟ ਦੇ ਵਿੱਚ ਫਰੰਟ ਵੇਟ ਲਾਉਣੇ ਨੇ, ਅਤੇ ਇਹਦੀ ਵੀਡੀਓ ਤੁਹਾਨੂੰ ਅਗਲੀ ਦੇਖਣ ਨੂੰ ਮਿਲੂਗੀ। ਅਤੇ ਬਾਕੀ ਕਿੱਦਾਂ ਨੇ ਬਾਈ ਨੇ ਫਰੰਟ ਵੇਟ ਲਿੱਤੇ, ਅਤੇ ਕਿੰਨਾ ਵਜ਼ਨ ਲਿੱਤਾ, ਅਤੇ ਕਿੱਦਾਂ ਦੀ ਲੁੱਕ ਲਿੱਤੀ, ਉਹ ਸਾਰਾ ਤੁਹਾਨੂੰ ਅਗਲੇ ਵਲੋਗ 'ਚ ਦੇਖਣ ਨੂੰ ਮਿਲੂਗਾ। ਅਤੇ ਬਾਕੀ ਕਰੋ ਸਵਰਾਜ ਦੀ ਲੁੱਕ ਚੈੱਕ, ਅਤੇ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਬਾਈ ਲੁੱਕ ਕਿੱਦਾਂ ਲੱਗੀ ਤੁਹਾਨੂੰ ਟਰੈਕਟਰ ਦੀ।